हाँ जी पीटर प्लस भी आल क्लर्स सारे मेरा भैन स्वागत है जी और क्या हाल चाल सभी का ठीक है और जिस लम्हे का इंतजार था वो आया आया भी आधा और आके भी चला गया ठीक है जी आ, चलो हम गल करते हैं जिन्हें भी सारे हिंदी भी समझते हैं और पंजाबी भी समझते हैं डायरैक्ट आओ गल करते हैं ध्यान नाल सुनो कदों का इंतजार कर रहे थे आप सारे रिजल्ट का आया भी अद्धा तो अद्धे दी हलबेट है मतलब फस्ट आया और सैकेंड वेट है कुछ लोग कह रहे हैं थर्ड ਵੀ ਗੱਲ ਚੱਲ ਰਹੀ ਹੈ ਨਾ ਕਈ ਜਗ੍ਹਾ ਪਰ ਮੁੱਕਤ پتہ ਲੱਗ ਗਿਆ ਕੀ ਹੁੰਦਾ ਕੀ ਨਹੀਂ ਪਰਾਇਆ ਔਰ ਡਿਪਾਰਟਮੈਂਟਸ ਵੀ ਆ ਗਏ ਨੇਮ ਵੀ ਆ ਗਏ ਫਾਦਰ ਨੇਮ ਸਭ ਕੁਝ ਤੁਹਾਨੂੰ ਪਤਾ ਹੈ ਪੂਰੀ ਡਿਟੇਲ ਬਟ ਟੈਂਸ਼ਨ ਫੇਰ ਉੱਥੇ-ਉੱਥੇ ਹੁਣ ਟੈਂਸ਼ਨ ਦੇਖੋ ਕਿਵੇਂ ਰੂਪ ਬਦਲ ਗਿਆ ਆਪਣਾ ਨੋਟ ਕਰਿਓ ਜੋ ਸੈਕੰਡ ਲਿਸਟ ਦਾ ਵੇਟ ਕਰ ਰਹੇ ਨਾ ਤੁਹਾਡੇ ਨਾਲ ਵੀ ਐਵੇਂ ਹੋਏਗਾ ਫਰਸਟ ਲਿਸਟ ਵਾਲਿਆਂ ਦਾ ਕਾਫੀ ਮੈਸੇਜ ਆਇਆ ਤੇ ਆਪਣਾ 1290 ਤੱਕ ਹੋਇਆ ਨਾ ਤੇ ਬਾਕੀ ਲਿਸਟ ਵਾਲੇ ਵੇਟ ਕਰ ਰਹੇ ਆਪਾਂ ਸਾਰੇ ਐਂਡ 602.988 ਸਮਥਿੰਗ ਪਰ ਲਿਸਟ ਰੁਕੀ ਸੀ ਸੋ ਖੁਸ਼ ਹਉ ਤੋਏ ਸਾਰੇ ਜਿੰਨੇ ਵੀ ਵੀਰ ਪੈਣਾ ਹੈ ਸਭ ਤੋਂ ਪਹਿਲਾਂ ਗੱਲ ਸਟਾਰਟ ਕਰਨ ਤੋਂ ਪਹਿਲਾਂ ਆਪਣੇ ਆਪਣੇ ਰੱਬ ਜੀ ਦਾ ਤੈ ਦਿਲੋਂ ਸ਼ੁਕਰੀਆ ਹੁਣ ਤੱਕ ਤੁਸੀਂ ਕਰੀ ਦਿੱਤਾ ਹੁਣਾ ਤੇ ਮਾਪੇ ਦਾ ਸ਼ੁਕਰੀਆ ਟੀਚਰਸ ਦਾ ਸ਼ੁਕਰੀਆ ਔਰ ਥੋੜੀ ਖੁਦੀ ਮਿਹਨਤ ਉਹਦੇ ਲਈ ਵੀ ਸ਼ੁਕਰੀਆ ਕਿ ਥੋੜੀ ਹੈਲਥ ਠੀਕ ਰਹੀ ਤਾਂ ਹੀ ਤੁਸੀਂ ਤਿਆਰੀ ਕਰ ਸਕੇ ਔਰ ਇਗਜ਼ਾਮ ਦਿੱਤਾ ਔਰ ਟਾਈਪ ਕਸ ਦਿੱਤਾ ਔਰ ਬਾਕੀ ਹਰ ਉਸ ਦੋਸਤਾ ਹਰ ਉਸ ਪੈਨਪਰਾ ਦਾ ਜਿਨ੍ਹਾਂ ਨੇ ਸਾਥ ਦਿੱਤਾ ਉਹਨਾਂ ਸਭ ਦਾ سپورਟ ਔਰ ਜੋ ਵੀ ਤੁਹਾਨੂੰ ਜਿੱਥੋਂ ਵੀ سپورਟ ਮਿਲਿਆ ਕਿਉਂਕਿ ਇੱਕ ਇਨਸਾਨ ਆਪਣੇ ਮਲਬੁੱਤੇ ਤੇ ਜ਼ਿੰਦਗੀ ਚ ਇਕੱਲਾ ਖੁਦ ਸਫਲ ਨਹੀਂ ਹੋ ਸਕਦਾ ਉਹਦੇ ਪਿੱਛੇ ਕਈ ਤਰ੍ਹਾਂ ਦੇ ਜੋ ਫੈਕਟਸ ਨੇ ਕੰਮ ਕਰਦੇ ਠੀਕ ਹੈ ਸੋ ਅਗਰ ਕੋਈ ਕਹੇ ਕਿ ਇਹ ਸਭ ਮੇਰੀ ਬਦੌਲਤ ਹੈ ਮੇਰੇ ਇਕੱਲੇ ਦੀ ਬਦੌਲਤ ਹੈ ਤੇ ਮੈਂ ਆਪਣੇ ਹੀ ਮਲਬੁੱਤੇ ਤੇ ਸਭ ਕੁਝ ਪਾ ਗਿਆ ਤਾਂ ਫਿਰ ਗਲਤ ਹੋ ਜਾਣਾ तो फिर कालू इंसान कहेगा कि दुनिया भी मैं ही बनाई और सब कुछ मेरे करके चल रहा है ठीक है न थो तो अगर सपोर्ट मिलती रही है टाइम तक खाना मिलता रहा है टाइम ते कपड़े धोद तो हुए मिलते रहे हैं टाइम से नोट्स किताबा ले पैसे मिलते रहे हैं सब कुछ उसे तो खुद भी जॉब करते रहे अगर सब कुछ करते रहो सपोर्ट्स मिलती रही है थोड़ी तो पूरी सपोर्ट ठीक है तो कितने जाके कोई एग्जाम क्लीयर हों सो अगर तीस जॉइनिंग जल्दी ही जो थोड़ी होने वाली है एक गल याद रखियो बदल्य ना मतलब ਜਿੰਨਾ ਤੁਸੀਂ ਦੇਖਿਆ ਦੁਨੀਆ ਦੇ ਵਿੱਚ ਕਿ ਕੁਝ ਲੋਕ ਬਦਲ ਜਾਂਦੇ ਹਨ ਕਿਉਂਕਿ ਇਹ ਤਾਂ ਹਲੇ ਸ਼ੁਰੂਆਤ ਹੈ ਛੋਟੀ ਜੀ ਅੱਗੇ-ਅੱਗੇ ਤਾਂ ਹਲੇ ਬਹੁਤ ਕੁਝ ਤਰ੍ਹਾਂ ਦੀ ਪ੍ਰਮੋਸ਼ਨਾਂ ਤੇ ਹੋਰ ਕਈ ਤਰ੍ਹਾਂ ਦੀ ਜ਼ਿੰਦਗੀ 'ਚ ਐਗਜ਼ਾਮ ਆਂਦਾ ਬੰਦਾ ਕਲਰਕ ਦੀ ਪੋਸਟ ਤੇ ਰਹਿੰਦੇ ਹੋਏ ਵੀ ਐਗਜ਼ਾਮ ਦਈ ਜਾਂਦਾ ਠੀਕ ਹੈ ਕਿਉਂਕਿ ਬਸ ਮੇਨ ਗੱਲ ਕਰਦੇ ਆਂ ਥੋੜੇ ਬਟ ਇਹ ਗੱਲਾਂ ਪਤਾ ਕਹਿਣੀ ਜ਼ਰੂਰੀ ਸੀਗੀਆਂ ਕਿਉਂਕਿ ਜਦ ਕੋਈ ਇਸ ਤਰ੍ਹਾਂ ਦੀ ਹਰਕਤ ਕਰਨ ਲੱਗਦਾ ਨਾ ਤਾਂ ਉਹ ਜੋ ਰੱਬ ਜੀ ਨਾ ਭਗਵਾਨ ਜੀ ਉਹ ਫਿਰ ਉਹਨਾਂ ਦੀ ਮਤਲਬ ਕਹਿੰਦੇ ਨਾ ਕਿ ਲਾਠੀ ਜਵਾਜ ਨਹੀਂ ਹੁੰਦੀ ਸਜ਼ਾ ਜ਼ਰੂਰ ਦੇ ਦਿੰਦੇ ਸੋ ਬੜੇ-ਬੜੇ ਅਸੀਂ ਗ ਰਿਟਾਇਰਮੈਂਟ ਤੱਕ ਪਹੁੰਚ ਵੀ ਨਹੀਂ ਪਾਉਂਦੇ ਮੇਰਾ ਸ਼ਰਤ ਤੁਸੀਂ ਸਮਝ ਗਏ ਇਸ ਕਰਕੇ ਬਦਲਿਓ ਨਾ ਜੋ ਤੁਸੀਂ ਉਹ ਉਮੀਦ ਰਹੋ ਤੇ ਸਮਾਪ ਆਪਦੇ ਸੁਪਨੇ ਪੂਰੇ ਕਰਨੇ ਔਰ ਆਪਣੇ ਵੀ ਠੀਕ ਹੈ ਇਹ ਤਾਂ ਰੀਸੀ ਕੀ ਟੋਟਲੀ ਸਪੈਸ਼ਲ ਗੱਲ ਜੋ ਕਹਿਣੀ ਸੀ ਦਿਲੋਂ ਹੁਣ ਗੱਲ ਹੈਗੀ ਹੈ ਮੇਨ ਟੈਨਸ਼ਨ ਦੀ ਕਿੰਨੇ ਕੈਂਡੀਡੇਟਸ ਦੇ ਮੈਸੇਜ ਆ ਰਹੇ ਹਨ ਕਿ ਕੈਟਾਗਰੀ ਵਾਈਜ਼ ਹੈ ਨਾ ਜਨਰਲ ਤੋਂ ਲੈ ਕੇ ਉਹ ਨੀਚੇ ਆਪਣਾ ਫਿਜ਼ੀਕਲ ਹੈਂਡੀਕੈਪ ਤੱਕ ਜਿੰਨੀ ਵੀ ਕੈਟਾਗਰੀਆਂ ਬੰਦੀਆਂ ਨੇ ਕਿ ਲਿਸਟ 1290 ਦਾ ਕਰੀ ਹੈ ਅੱਗੇ ਕੀ ਹੋਏਗਾ ਕੀ ਉਹ ਜੋ 33% ਵਾਲਾ ਕੋਟਾ ਹੈ ਠੀਕ ਹੈ ਔਮਨ ਵਾਲਾ ਉਹਦਾ ਕੀ ਬਣੇਗਾ bc ਦੀ ਕਿੰਨੀ ਸੀਟਾਂ ਜਾਣਗੀਆਂ ਜਾਂ ਸੈਕੰਡ ਲਿਸਟ ਜਨਰਲ ਦਾ ਜਾਂ ਕੋਈ ਹਲੇ ਵੀ ਕੋਈ ਆਪਣਾ ਡਿਜੀ ਰਿਜ਼ਰਵੇਸ਼ਨ ਦਾ ਕੁਝ ਹੋਏਗਾ ਪਾਲਿਸੀ ਜਾਂ ਫਿਰ ਅ ਐਸੀ ਰਾਮਦਾਸ ਇਹਨਾਂਦਰਸ ਮਝ ਵੀ ਇਹਨਾਂਦਰਸ ਵੀ ਆਪਣਾ سپورٹس categories ਠੀਕ ਹੈ ews ਕੀ ਬਣੇਗਾ ਕਿ ਸੈਕੰਡ ਲਿਸਟ ਆਈ ਗਈ ਜਾਂ ਥਰਡ ਆਏਗੀ ਜਾਂ ਉਸ ਤੋਂ ਬਾਅਦ ਮਤਲਬ ਜਦੋਂ ਫਾਈਨਲ ਪ੍ਰੋਪਰ ਆ ਜਾਏਗਾ ਤੇ ਉਸ ਤੋਂ ਬਾਅਦ ਜੁਆਇਨਿੰਗ ਦਾ ਕੀ ਕਿਉਂਕਿ ਹੁਣ ਤਾਂ ਥੋੜੇ ਸਾਹਮਣੇ ਇੱਕ ਹੋਰ ਲਿਸਟਰੀ ਐ ਜੋ ਥੋੜੇ ਪਿੱਛੇ-ਪਿੱਛੇ ਚੱਲ ਰਹੇ ਹਨ ਸੈਕਿੰਡ ਟਾਈਪ ਟੈਸਟ ਹੋਇਆ ਸੀ ਹੁਣ ਜੋ ਪਟਿਆਲੇ 10 ਦਿਨ ਪਹਿਲਾਂ ਸਭ ਕੁਝ ਰਿਜ਼ਲਟ ਵਗੈਰਾ ਆਇਆ ਉਹ ਉਹਨਾਂ ਨੂੰ ਡੀਵੀ ਲਈ ਬੁਲਾਇਆ ਹੈ ਹਨਾ ਉਹਨਾਂ ਦੇ ਵੀ ਡਿਪਾਰਟਮੈਂਟ ਸਿਲੈਕਟ ਹੋਣਗੇ ਸੋ ਪ੍ਰਸ਼ਾਸਨ ਬੋਰਡ ਪ੍ਰਸ਼ਾਸਨਾ ਜੋ ਉਹਦੀ ਤਾਂ ਹੀ ਮੇਨ ਜੋ ਸੋਚ ਹੈ ਜੋ ਪਿੱਛੇ ਕੰਮ ਕਰ ਰਹੀ ਹੈ ਕਿ ਸਭ ਨੂੰ ਇਕੱਠੇ ਹੀ ਨੌਕਰੀ ਦਿੱਤੀ ਜਾਵੇ ਇਕੱਠੇ ਜੁਆਇਨ ਕਰਾਇਆ ਜਾਵੇ ਹਨਾ ਹੁਣ ਆਈਟੀ ਅਕਾਊਂਟ ਵਾਲਿਆਂ ਦੇ ਵੀ ਮੈਸੇਜ ਆਉਂਦੇ ਆ ਸਿੰਪਲ ਕਲਰਕ ਵਾਲਿਆਂ ਦੇ ਵੀ ਵੀ ਜੁਆਇਨਿੰਗ ਦਾ ਕੀ ਇਸ਼ੂ ਹੈ ਸਭ ਤੋਂ ਪਹਿਲਾਂ ਇੱਕ ਜੁਆਇਨਿੰਗ ਨੂੰ ਸਮਝੋ ਇਸ ਚੈਨਲ ਤੇ ਆ ਕੇ ਪਲੇਲਿਸਟ ਸੈਕਸ਼ਨ 'ਚ ਜਾਣਾ ਤੁਸੀਂ ਉਸ ਤੋਂ ਬਾਅਦ ਮੀਡੀਆ ਕਵਰੇਜ 'ਚ ਜਾਣਾ ਜਾਂ ਪੀਟਰ ਪਲੱਸ ਵੀ ਆਲ ਵੀਡੀਓ ਜਾਂ ਮੀਡੀਆ ਕਵਰੇਜ ਆਈ ਥਿੰਕ ਆ ਮੀਡੀਆ 'ਚ ਵੀ ਪਈ ਹੈ ਉਹ ਵੀਡੀਓ ਜਿੰਨੇ ਵੀ ਪਿੱਛੇ ਜੇ ਮੇਨ ਮੇਨ ਪਰਤੀਆਂ ਹੋਈ ਨਾ ਉਹਨਾਂ ਚੋਂ ਕੁਝ ਮੀਡੀਆ ਕਵਰੇਜ ਉੱਥੇ ਪਈਆਂ ਨੇ ਸਾਰੀਆਂ ਸੀ ਐਡ ਨਹੀਂ ਕਰੀਆਂ ਬਟ ਕੁਝ ਪਈਆਂ ਨੇ ਕਿ ਜੁਆਇਨਿੰਗ ਕਿਸ ਤਰ੍ਹਾਂ ਹੁੰਦੀ ਹੈ सीएम साहब किमें आदि है डिपार्टमेंट के मंत्री किमें खड़े होंगे आई एस अफसर किमें खड़े होंगे किस तरीके मेन मेन जो बॉटम जो मतलब मेन मेन कहते हैं आप क्रिमी लेयर मेन मेन जो मूहे वाले चाली पाँह बच्चे ने जिनाते हर कैटेगरी ले ने ठीक है अच्छे अच्छे मार्क्स वाले उन्होंने अपॉइंटमेंट्स लैटर दे के फिर सीएम साहब चले क्योंकि इन्ना टाइम नहीं हूँ किसी को कल कल वंटी तीन हज़ार अठ तो बहुत वीड्डी गिनती है सो बेसिकली अगर गोरमेंट ने अपना नाम चमकाना तो अखबारों च इश्तेहार देने जिमें ਅਕਸਰ ਕਰਦੇ ਆਂ ਸਾਰੇ ਤਾਂ ਫਿਰ ਇੱਕ ਫੰਕਸ਼ਨ ਹੋਏਗਾ ਛੋਟਾ ਜਿਹਾ ਔਰ ਫੰਕਸ਼ਨ ਤੱਕ ਤੇ ਬਸ 40-50 ਮੁੰਡੇ ਕੁੜੀਆਂ ਨੂੰ ਬੁਲਾ ਦਿੱਤਾ ਜਾਏਗਾ ਤੇ ਉਹਨਾਂ ਨੂੰ ਫਾਰਮਨ ਲੈਟਰ ਔਰ ਬਾਕੀ ਜੋ ਅਗਰ ਬਾਕੀਆਂ ਨੂੰ ਵੀ ਬੁਲਾਇਆ ਗਿਆ ਤਾਂ ਉਹਨਾਂ ਨੂੰ ਮੌਕੇ ਦੇ ਮੌਕੇ ਅਫਸਰ ਦੇ ਦੇਣਗੇ ਠੀਕ ਹੈ ਜਾਂ ਮੰਤਰੀ ਸਾਹਿਬ ਦੇ ਦੇਣਗੇ ਜਾਂ ਅਫਸਰ ਦੇ ਦੇਣਗੇ ਜਾਂ ਫਿਰ ਅਗਰ ਨਹੀਂ ਬੁਲਾਇਆ ਗਿਆ ਤਾਂ ਫਿਰ ਥੋੜੇ ਘਰ ਤੱਕ ਤਾਂ ਆਈ ਜਾਣਾ ਐਡਰੈਸ ਤੇ ਠੀਕ ਹੈ ਕਿਉਂਕਿ ਕੁਝ ਕੈਂਡੀਡੇਟਸ ਨੇ ਆਪਣੇ ਨਾਲ ਜੋ 2016 ਦੀ ਭਰਤੀ ਵਾਲੇ ਨੇ 2018 ਦੀ ਭਰਤੀ ਵਾਲੇ ਉਹਨਾਂ ਨੂੰ ਦੱਸਿਆ ਕਿ ਸਟਾਫ ਕਰੀ ਆ ਗਿਆ ਸੀ ਕੁਝ ਕਹਿੰਦੇ ਕਿ ਸਾਨੂੰ ਡਿਪਾਰਟਮੈਂਟ ਚ ਮ ਮੌਕੇ ਤੇ ਜਾ ਕੇ ਜਿੱਥੇ ਮੈਂ ਮਤਲਬ ਜਦ ਡਿਪਾਰਟਮੈਂਟ ਮੈਂ ਜੁਆਇਨ ਕਰਦਾ ਹਾਂ ਜੀ ਰਿਟੈਂਡਰਸ ਠੀਕ ਹੈ ਤੇ ਕੁਝ ਕਹਿੰਦੇ ਕਿ ਸਾਨੂੰ ਫੰਕਸ਼ਨ ਚ ਮਿਲਿਆ ਸੋ ਕਿਤੇ ਵੀ ਮਿਲੇ ਮਤਲਬ ਬਸ ਮਿਲਣਾ ਚਾਹੀਦਾ ਬਟ ਮਿਲਣ ਦੇ ਲਈ ਹੁਣ ਇਦਾਂ ਕਿ ਤੁਹਾਡੇ ਹੋਰ ਵੀ ਕਈ ਤਰ੍ਹਾਂ ਦੇ ਸਵਾਲ ਨਾ ਮਤਲਬ ਹੁਣ ਬਸ ਕੀ ਕਹੀਏ ਜੀ ਤੁਹਾਡੇ ਨਾਲ ਇੱਕ ਤਰੀਕੇ ਦਾ ਆਪਣੇ ਸਾਰੇ ਵੀਰਾਂ ਭੈਣਾਂ ਨਾਲ ਇੱਕ ਰਿਸ਼ਤਾ ਹੀ ਐਸਾ ਬਣ ਚੁੱਕਿਆ ਬੀਟੀਪੀਐਸ ਵੀ ਦੀ ਮੀਡੀਆ ਕਵਰੇਜ ਕਰਦੇ ਕਰਦੇ ਇਸ ਟੌਪਿਕਸ ਤੇ ਰੋਟਨਲ ਗੱਲਾਂ ਬਾਤਾਂ ਸਾਂਝੇ ਕਰਦੇ ਕਰਦੇ ਕਿ ਅਸੀਂ ਸਮਝ ਸਕਦੇ ਹਾਂ ਕਿ ਤੁਹਾਡੇ ਮਨ ਔਰ ਦਿਲ ਦੀ ਸਥਿਤੀ ਕੀ ਹੈ ਕੁਸ਼ਚਨਸ ਪਤਾ ਕਿਵੇਂ ਦੇ ਆ ਰਹੇ ਸਬਦੇ ਕਿ ਉੱਥੇ ਜਾ ਕੇ ਕੀ ਬਣੇਗਾ ਮਤਲਬ ਜਿਵੇਂ ਜੁਆਇਨਿੰਗ ਹੋ ਗਈ ਸਰ ਵਰਕ ਪ੍ਰੈਸ਼ਰ ਕਿਵੇਂ ਦਾ ਹੁੰਦਾ ਵਰਕ ਲੋਡ ਤੇ ਮੈਂ ਮੈਂ ਕਹਾਂ ਕਿ ਵੀ ਦੇਖੋ ਜੋਬ ਤਾਂ ਠੀਕ ਐ ਜਿਵੇਂ ਕਰਦੇ ਹਾਂ ਹਰ ਤਰ੍ਹਾਂ ਦੇ ਅਸੀਂ ਕਈ ਤਰ੍ਹਾਂ ਦੇ ਦਫ਼ਤਰਾਂ 'ਚ ਵੀ ਜਾਂਦੇ ਹਾਂ ਦੇਖੋ ਜੋ ਕੁਝ ਹੋਏਗਾ ਜਿਵੇਂ ਹੋਗਾ ਕਿ ਨਾ ਟ੍ਰੇਨਿੰਗ ਤੁਸੀਂ ਮੈਕਸੀਪਾ ਫ ਗੂਗਲ ਤੇ ਸਰਚ ਕਰੋ ਸੈਕਟਰ 26 ਚੰਡੀਗੜ੍ਹ ਉੱਥੇ ਟ੍ਰੇਨਿੰਗ ਲੱਗਦੀ ਹੁੰਦੀ ਹੈ 2018 ਵਾਲੇ ਨੂੰ ਪੁੱਛ ਲਿਓ 16 ਵਾਲੇ ਨੂੰ ਪੁੱਛ ਲਓ ਚਲੋ ਠੀਕ ਹੈ ਕੋਈ ਹੈ ਯਾਰ ਦੋਸਤ ਕੋਈ ਮੁੰਡਾ ਕੁੜੀ ਜਾਣਦਾ ਹੋਵੇ ਪੁੱਛੋ ਮੜਾ ਜਾਂ 16 ਵਾਲੇ ਨੂੰ 18 ਵਾਲੇ ਨੂੰ ਕਿ ਤੁਹਾਡੀ ਟ੍ਰੇਨਿੰਗ ਹੋਈ ਸੀ ਕੋਈ ਡਿਪਾਰਟਮੈਂਟ ਬੋਲੋ ਜਾਂ ਮੈਕਸੀਪਾ 26 ਭੇਜਿਆ ਗਿਆ ਕੈਸੀਗਾ ਠੀਕ ਹੈ ਸਟਾਰਟਿੰਗ ਦੇ ਵਿੱਚ ਕੰਮ ਜ਼ਿਆਦਾ ਨਹੀਂ ਦੇ ਸਕਦੇ ਹੁੰਦੇ ਡੇਰੀ ਡਿਸਪੈਚ ਦਾ ਜਾਂ ਫਿਰ ਥੋੜਾ ਬਹੁਤ ਬੇਸਿਕ ਕੰਮ ਦਿੰਦੇ ਨੇ ਕਿਉਂਕਿ ਡਿਪਾਰਟਮੈਂਟ ਦੇ ਕੁਝ ਰੂਲਸ ਹੋਰ ਹਾਈ ਲੈਵਲ ਦਾ ਕੰਮ ਹੁੰਦਾ ਇਸ ਤਰ੍ਹਾਂ ਤੁਹਾਡੇ ਹੱਥ ਸਿੱਧੇ ਕੰਪਿਊਟਰ ਨਹੀਂ ਦੇ ਸਕਦੇ ਕਿ ਤੁਸੀਂ ਮਤਲਬ ਕਿਉਂਕਿ ਦੇਖੋ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਕੋਈ ਛੇੜਛਾੜ ਹੋ ਗਈ ਕੋਈ ਫਾਈਲ ਅਧੁਰਧਰ ਹੋ ਗਈ ਨਾ ਤਾਂ ਫਿਰ ਲੈਣੇ ਦੇਣੇ ਪੈ ਜਾਣਗੇ ਡਿਪਾਰਟਮੈਂਟ ਨੂੰ ਔਰ ਨਾਮ ਫਿਰ ਤੁਹਾਡਾ ਆ ਸਕਦਾ ਹੁੰਦਾ ਇਸ ਕਰਕੇ ਉਹ ਬੱਚਦੇ ਹੁੰਦੇ ਆ ਉਹ ਚਾਹਦੇ ਹੁੰਦੇ ਆ ਕਿ ਪਹਿਲਾਂ ਟ੍ਰੇਨਡ ਕਰੀਏ ਨਾਲ ਦੇ ਜੋ ਸਬੋਡੀਨੇਟਸ ਹੁੰਦੇ ਆ ਜਾਂ ਸੀਨੀਅਰ ਹੁੰਦੇ ਆ ਤੁਹਾਡੀ ਹੈਲਪ ਕਰਦੇ ਹੁੰਦੇ ਆ ਕਿਉਂਕਿ ਮੈਂ ਪੁੱਛਿਆ ਸੀ 2016 18 ਵਾਲ ਨੂੰ ਕਹਿੰਦੇ ਸਾਡੀ ਹੈਲਪ ਕੀਤੀ ਤੇ ਬਸ ਪਹਿਲੇ 2-3 ਮਹੀਨਿਆਂ ਚ ਹੌਲੀ ਹੌਲੀ ਸਾਨੂੰ ਕੰਮ ਆਉਣ ਲੱਗ ਗਿਆ ਅੱਜ ਪੈਨਿਕ ਹੋਣ ਦੀ ਜਰੂਰਤ ਨਹੀਂ ਹੈ ਨਾਲੇ ਪਹਿਲਾਂ ਧਿਆਨ ਦਿਓ ਕਿ ਥੋੜਾ ਆ ਗਿਆ ਨਾ ਫਰਸਟ ਵਾਲਿਆਂ ਦਾ ਰਿਜ਼ਲਟ ਠੀਕ ਹੈ ਤੇ ਜਦ ਤੱਕ ਜੁਆਇਨਿੰਗ ਲੈਟਰ ਨਹੀਂ ਆਂਦਾ ਤਦ ਤੱਕ ਮਤਲਬ ਗਾਪਾਂ ਦੀ ਜਰੂਰਤ ਨਹੀਂ ਹੈ ਦੇਖੋ ਅਸੀਂ ਥੋੜਾ ਭਲਾ ਚਾਹੁੰਦੇ ਹਾਂ ਤੁਹਾਨੂੰ ਪਤਾ ਮੰਨਣ ਕੋਈ ਮੰਨਦਾ ਕੋ ਨਹੀਂ ਮੰਨਦਾ ਪਰ ਦੇਖੋ ਨਜ਼ਰ ਲੱਗਦੀ ਹੈ ਠੀਕ ਹੈ ਨਾ ਤੁਸੀਂ ਮੇਰਾ ਇਸ਼ਾਰਾ ਸਮਝ ਗਏ ਕਈ ਵਾਰ ਨਜ਼ਰ ਲੱਗ ਜਾਂਦੀ ਹੁੰਦੀ ਹੈ ਹੈਲਥ ਇਸ਼ੂ ਹੋ ਜਾਂਦਾ ਇਸ ਕਰਕੇ ਰੋਲਾ ਪਾਣ ਦੀ ਜਰੂਰਤ ਨਹੀਂ ਬੜੀ ਮਿਹਨਤ ਨਾਲ ਮਿਲਦੀ ਹੈ ਠੀਕ ਹੈ ਜੌਬ ਤੇ ਜਦ ਤੱਕ ਸਭ ਕੁਝ ਨਹੀਂ ਹੁੰਦਾ ਤਦ ਤੱਕ ਕੋਈ ਜਿਵੇਂ ਕੁਝ ਕਹਿ ਰਹੇ ਆ ਕਮੈਂਟਸ ਪੜੇ ਸੀਗੇ ਲਗ ਲਗ ਅਸੀਂ ਚੈਨਲਸ ਤੇ ਵੀ ਹੱਲਾ ਗੁੱਲਾ ਕਰ ਰਹੇ ਆ ਲੱਡੂ ਮੰਡੋ ਕਹੀਂ ਪੈਗ ਸ਼ੱਕ ਦੀ ਗੱਲ ਕਰਨ ਲੱਗੇ ਇਸ ਤਰ੍ਹਾਂ ਦੇ ਮੈਸੇਜ ਵੀ ਆਏ ਆ ਠੀਕ ਹੈ ਮੈਸੇਜ ਤੱਕ ਰੱਖੋ ਇਸ ਗੱਲ ਨੂੰ ਪਰ ਇੰਨਾ ਹਲੇ ਉਹ ਨਾ ਕਰੋ ਕਿਉਂਕਿ ਜਦ ਤੱਕ ਤੁਸੀਂ ਆਪਣੇ ਡਿਪਾਰਟਮੈਂਟ ਚ ਪਹੁੰਚ ਕੇ ਖੁਦ ਹਾਜ਼ਰੀ ਰਜਿਸਟਰ ਤੇ ਆਪਣੇ ਸਾਈਨ ਨਹੀਂ ਕਰ ਦਿੰਦੇ ਤਦ ਤੱਕ ਕੁਝ ਵੀ ਨਹੀਂ ਕਿਹਾ ਜਾ ਸਕਦਾ ਇਹ ਗਵਰਨਮੈਂਟ ਹੈ ਪ੍ਰਸ਼ਾਸਨ ਹੈ ਮੌਕੇ ਤੇ ਅਸੀਂ ਬਹੁਤ ਕੁਝ ਬਣਦੇ ਵੀ ਦੇਖਿਆ ਮੌਕੇ ਤੇ ਅਸੀਂ ਬਹੁਤ ਕੁਝ ਵਿਗੜਦੇ ਵੀ ਦੇਖਿਆ ਠੀਕ ਹੈ ਨਾ ਸੋ ਪਾਵਰਸ ਕਮ ਕਰ ਦਿੰਦੀਆਂ ਨੇ ਪਿੱਛੇ ਤੁਸੀਂ ਚੈਲੰਜ ਨਹੀਂ ਕਰ ਸਕਦੇ ਕਿਉਂਕਿ ਆਪਾਂ ਜਦ ਪੋਸਟ ਭਰਦੇ ਆਪਾਂ ਟਿਕ ਕਰਦੇ ਆ ਨਾ ਕਨਫਰਮੇਸ਼ਨ ਤੇ ਕਿ ਹਾਂ ਅਸੀਂ ਥੋੜੀ ਸਾਰੀਆਂ ਸ਼ਰਤਾਂ ਨੂੰ ਮੰਨਦੇ ਹਾਂ ਬੋਰਡ ਦਾ ਫੈਸਲਾ ਆਖਰੀ ਮੰਨਿਆ ਜਾਂਦਾ ਹੁੰਦਾ ਐਂਡ ਠੀਕ ਹੈ ਨਾ ਸੋ ਬਾਕੀ ਬਹੁਤ ਵਧੀਆ ਗੱਲ ਹੈ ਕਿ ਬਿਨਾ ਤਰਨੇ ਤੁਰਨੇ ਤਾਂ ਸਭ ਕੰਮ ਸਰ ਗਿਆ ਤੇ ਚੱਲੀ ਜਾ ਰਿਹਾ ਔਰ ਤੇ ਰਿਟਰਨ ਰੁੱਟਾਂ ਤੋਂ ਵੀ ਕੰਮ ਬਚਿਆ ਹੋਇਆ ਜਿਹੜੇ ਲੋਕ ਫਾਲਤੂ ਕਮੈਂਟਸ ਕਰਦੇ ਸੀਗੇ ਫੇਕ ਉਹਨਾਂ ਦਾ ਕੋਈ ਲੈਣਾ ਦੇਣਾ ਵੀ ਨਹੀਂ ਸੀ ਅਸੀਂ ਤੁਹਾਨੂੰ ਕਿਹਾ ਵੀ ਸੀ ਕਿ ਨਾ ਉਹਨਾਂ ਨੂੰ ਪੁੱਛਿਆ ਕਰੋ ਕਿਉਂਕਿ ਉਹ ਲੋਕ ਇਵਨ ਐਗਜ਼ਾਮ ਵੀ ਨਹੀਂ ਦਿੱਤਾ ਕਦੀ ਤੇ ਪੰਗੇ ਲੈ ਕੇ ਨਾ ਤੁਹਾਨੂੰ ਫਾਲਸ ਇਨਫੋਰਮੇਸ਼ਨ ਕਮੈਂਟਸ ਦੇ ਵਿੱਚ ਆ ਕੇ ਸਾਰੇ ਵੀਰਾਂ ਭੈਣਾਂ ਨਾਲ ਲੜਾਈ ਕਰੀ ਜਾਂਦੇ ਨੇ ਉਹ ਪਤਾ ਨਹੀਂ ਕਿਉਂ ਕਰਦੇ ਨੇ ਕਿੱਥੋਂ ਆਂਦੇ ਨੇ ਕਿਹੜੇ ਆਈਡੀ ਨਾਲ ਇਹ ਕੰਮ ਕਰਦੇ ਨੇ ਔਰ ਇਹ ਸੇਮ ਆਈਡੀਆਂ ਤੋਂ ਨਾ ਜਿਵੇਂ ਅੱਜ ਕੱਲ੍ਹ ਪੰਜਾਬ 'ਚ ਜੋ ਹਾਲਾਤ ਬਣੇ ਹੋਏ ਨੇ ਜੋ ਵੀਡੀਓ ਆਉਂਦੀਆਂ ਨੇ ਨਿਊਜ਼ ਉਹਨਾਂ ਥੱਲੇ ਵੀ ਕਮੈਂਟਸ ਉਹਨਾਂ ਦੇ ਹੁੰਦੇ ਨੇ ਸੋ ਪਤਾ ਨਹੀਂ ਕੀ ਮਿਲਦਾ ਸਰਦਿਨ ਕੀ ਕਰਦੇ ਨੇ ਜਾਂ ਪੈਸੇ ਮਿਲਦੇ ਕਿਸੇ ਚੀਜ਼ ਦੇ ਪਤਾ ਨਹੀਂ ਕੀ ਕਨੈਕਸ਼ਨ ਹੈ ਸੋ ਕਈ ਜਗ੍ਹਾ ਚੀਜ਼ ਸੇਮ ਸਮ ਆਈਡੀਆ ਦੇਖੀ ਨੇ ਮਾਸਟਰ ਕੈਟਰ ਦੇ ਵੀਡੀਓ ਥੱਲੇ ਵੀ ਕਮੈਂਟ ਕਰੀ ਜਾਣਗੇ ਪੰਜਾਬ ਪੁਲਿਸ ਦੀ ਆਈਡੀ ਥੱਲੇ ਵੀ ਕਮੈਂਟ ਕਰੀ ਜਾਣਗੇ ਕੋਈ ਪੁੱਛੇ ਇਹਨਾਂ ਨੂੰ ਕਿ ਯਾਰ ਸਰਕਾਰ ਨੇ ਥੋੜੀ ਡਿਊਟੀ ਲਈ ਹੋਈ ਹੈ ਹੈ ਜਨਰਲ ਤੋਂ ਲੈ ਕੇ ਆਪਣਾ ਫਿਜ਼ੀਕਲ ਹੈਂਡੀਕੈਪ ਤੱਕ ਜਿੰਨੀਆਂ ਵੀ ਕੈਟਾਗਰੀਆਂ ਨੇ ਉਹਨਾਂ ਦੇ ਵਿੱਚ ਤੁਸੀਂ ਬੋਲੀ ਜਾਂਦੇ ਹੋ ਜਾ ਕੇ ਇਹ ਹੋਏਗਾ ਇਹ ਹੋਏਗਾ ਕਿਉਂ ਡਰਾਈ ਜਾਂਦੇ ਹੋ ਯਾਰ ਕੈਂਡੀਡੇਟਸ ਨੂੰ ਜੋ ਹੋ ਰਿਹਾ ਸਭ ਦੇ ਸਾਹਮਣੇ ਹੋ ਰਿਹਾ ਤੇ ਬੋਰਡ ਵੱਲੋਂ ਜੋ ਵੀ ਆ ਰਿਹਾ ਅਪਡੇਟ ਠੀਕ ਹੈ ਇੱਕ ਤਾਂ ਉਹ ਮੰਨਣੀ ਹੈ ਉਹ ਸੱਚ ਹੈ ਦੂਸਰਾ ਅਸੀਂ ਕਰ ਪਹਿਲਾਂ ਵੀ ਕਿਹਾ ਕਿ ਇੱਕ ਪੀਟ ਪਲੱਸ ਵੀ ਦੁਵਰੇ ਕੀ ਜੋ ਟੈਲੀਗ੍ਰam ਆਫੀਸ਼ੀਅਲੀ ਗਰੁੱਪ ਹੈ ਉਹ ਉਹਨਾਂ ਦੇ ਐਡਮਿਨਸ ਜੋ ਵੀਰੇ ਹੈਗੇ ਨੇ ਸਾਰੇ ਉਹ ਜੋ ਕਹਿੰਦੇ ਨੇ ਜੋ ਸਮਝਾਉਂਦੇ ਨੇ ਬਿਲਕੁਲ ਸਹੀ ਹੈ ਤੇ ਸਟੀਕ ਹੈ ਉਹਨਾਂ ਨੂੰ ਮੰਨ ਲਿਆ ਕਰੋ ਸੁਣ ਲਿਆ ਕਰੋ ਠੀਕ ਹੈ ਤੇ ਹੋਰ ਇਧਰ ਉਧਰ ਕਿਸੇ ਫੇਕ ਫੇਸਬੁਕ ਆਈਡੀ ਦਾ ਕਮੈਂਟ ਜਾਂ ਕਿਸੇ YouTube ਫੇਕ ਆਈਡੀ ਦਾ ਕਮੈਂਟ ਵੱਲੋਂ ਧਿਆਨ ਦਿਆ ਕਰੋ ਠੀਕ ਹੈ ਤੇ ਦੂਜੀ ਗੱਲ ਕੁਝ ਕਹਿ ਰਹੇ ਨੇ ਕਿ ਅ ਕਈ ਤਰ੍ਹਾਂ ਦੇ ਕੁਐਸਚਨ ਨੇ ਜੋਬ ਨੂੰ ਲੈ ਕੇ ਲਿਸਟਾਂ ਨੂੰ ਲੈ ਕੇ ਪਰਸੈਂਟੇਜ ਨੂੰ ਲੈ ਕੇ ਮੇਰਾ ਨਾਮ ਆਏਗਾ ਕਿ ਨਹੀਂ ਤੇ ਸੈਕਿੰਡ ਲਿਸਟ ਜੋ ਟਾਈਪ ਟੈਸਟ ਹੋਣੀ ਹੋ ਕੇ ਹੈ ਤਾਂ ਜਿਹਨੂੰ ਡੀਵੀ ਲਈ ਬੁਲਾਇਆ ਕਿ ਕਿੰਨੇ ਕ ਬੱਚਾ ਚੱਕਣਗੇ ਦੇਖੋ ਫਰਸਟ ਲਿਸਟ ਆਈ ਰਿਜ਼ਲਟ ਦੀ ਹਲੇ ਸੈਕਿੰਡ ਦੀ ਵੇਟ ਕਰ ਰਹੇ ਕਈ ਥਰਡ ਵਾਰ ਵੀ ਬੋਲ ਰਹੇ ਪਤਾ ਨਹੀਂ ਸੈਕਿੰਡ ਚ ਸਰ ਜਾਣਾ ਜਾਂ ਤੀਸਰੀ ਕੋਈ ਹੋਰ ਆਣੀ ਹੈ ਪਰ ਜੋ ਡੀਵੀ ਲਈ ਵੇਟ ਕਰ ਰਹੇ ਸੈਕਿੰਡ ਵਾਲੇ ਦੇਖੋ ਕੋਸ਼ਿਸ਼ ਉਹੀ ਕਰਨਗੇ ਬੋਰਡ ਵਾਲੇ ਕੇ ਵਿੱਚ ਕੁਝ ਕੀਤਾ ਜਾਵੇ ਹਨਾ ਸਭ ਨੂੰ ਇਕੱਠੇ ਜੁਆਇਨਿੰਗ ਦਿੱਤੀ ਜਾਵੇ ਸੋ ਜਦ ਤੱਕ ਕਲੀਅਰ ਨਹੀਂ ਹੋ ਜਾਂਦਾ ਪਹਿਲਾਂ ਸੈਕਿੰਡ ਲਿਸਟ ਆ ਜਾਣ ਦੋ ਫਿਰ ਦੇਖਦੇ ਕਿੰਨੇ ਮਾਰਕਸ ਤੱਕ ਨੀਚੇ ਨੂੰ ਆ ਰ ਫਿਰ ਉਹ ਤੋਂ ਬਾਅਦ ਜੋ ਪਟਿਆਲਾ ਟਾਈਪਰਸ ਦੇਣ ਗਈ ਸੀ ਉਹਨੇ ਉਹਨਾਂ ਦਾ ਕੀ ਬਣਦਾ ਉਹਨਾਂ ਦੀ ਲਿਸਟ ਕਿਵੇਂ ਆਉਂਦੀ ਹੈ ਡਿਪਾਰਟਮੈਂਟ ਸਿਲੈਕਟ ਕਰਨ ਤੋਂ ਬਾਅਦ ਰੀਅਲ ਕਿਵੇਂ ਆਉਂਦਾ ਸਭ ਕੁਝ ਪ੍ਰੋਪਰ ਸਭ ਕੁਝ ਲੈ ਤਿਆਰ ਹੋ ਜਾਣ ਦੋ ਕੁਝ ਵੀ ਕਹਿਣਾ ਇਸ ਮੋੜ ਦੇ ਉੱਤੇ ਉਹ ਫਿਰ ਠੀਕ ਨਹੀਂ ਹੋਏਗਾ ਪਹਿਲਾਂ ਕਹਿਣਾ ਕਿਉਂਕਿ ਫੈਕਟਸ ਕਲੀਅਰ ਹੋ ਜਾਣ ਦੋ ਪਹਿਲਾਂ ਲਿਸਟਾਂ ਨੀਚੇ ਤੱਕ ਕਿੱਥੇ ਤੱਕ ਆਉਂਦੀਆਂ ਤੇ ਕਿਹੜੀ-ਕਿਹੜੀ ਕੈਟਾਗਰੀ ਦਾ ਕਿਸ ਤਰੀਕੇ ਨਾਲ ਆ ਰਿਹਾ ਠੀਕ ਹੈ ਕੋਈ ਭੁਖਬਾਣੀ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਜੋ ਹੋ ਰਿਹਾ ਤੁਹਾਡੇ ਸਾਹਮਣੇ ਹੋ ਰਿਹਾ ਔਰ ਬਾਕੀ ਬੈਸਟ ਆਫ ਲੱਕ ਆ ਸਾਰਿਆਂ ਨੂੰ ਨਰਵਸ ਨਾ ਹੋ ਪਲੀਜ਼ ਕਈਆਂ ਤੇ ਮੈਸੇਜ ਜਾਂਦਾ ਹੈ ਕਿ ਵਰਕ ਪ੍ਰੈਸ਼ਰ ਕਿਵੇਂ ਹੋਗਾ ਪਿੱਛੇ ਹੁਣ ਆਪਾਂ 2 ਮਿੰਟ ਪਹਿਲਾਂ ਗੱਲ ਕਲੀਅਰ ਕਰ ਚੁੱਕੇ ਹਾਂ ਤੇ ਕਈ ਕਹਿ ਰਹੇ ਨੇ ਕਿ ਸਾਡਾ ਨੰਬਰ ਆ ਪਾਏਗਾ ਨਹੀਂ ਨਹੀਂ ਆ ਪਾਏਗਾ ਦੇਖੋ ਜਿਹੜੇ ਤਾਂ ਬੱਚੇ ਜਦੋਂ ਤਾਂ ਮਤਲਬ ਟਾਈਪ ਟੈਸਟ ਤਾਂ ਹੋ ਗਿਆ ਠੀਕ ਹੈ ਡੀਵੀ ਪਾਸ ਹੋ ਕੇ ਠੀਕ ਹੈ ਹਨ ਡਿਪਾਰਟਮੈਂਟ ਵਗੈਰਾ ਜਿੰਨਾਂ ਦੀ ਲਿਸਟ ਜੀ ਆਈ ਸੀਗੀ ਜਿਹੜੇ ਜਿਹੜੇ ਜਿੱਥੇ ਜਿੱਥੇ ਜਿਸ ਜਿਸ ਕੈਟਾਗਰੀ ਤੱਕ ਸੇਫ ਸੀਗੇ ਜਿੰਨੀ ਜਿੰਨੀ ਸੀਟਾਂ ਸੀਗੀਆਂ ਜਿਵੇਂ ਜਨਰਲ ਚੰਨੀਆਂ ਸੀ ਸੀਬੀਸੀ ਚੰਨੀਆਂ ਸੀਗੀਆਂ ਅੱਗੇ ਅੱਗੇ ਨੀਆਂ ਸੀਗ ਉਹਨੋਂ ਤੱਕ ਜੋ ਮਾਪਦੰਡ ਜੋ ਕ੍ਰਾਈਟੇਰੀਆ ਚੂਪ ਆ ਰਹੇ ਜਿਸ ਜਿਸ ਪੁਆਇੰਟ ਤੱਕ ਉਹ ਤਾਂ ਸੇਫ ਸੀਗੇ ਉਹ ਤਾਂ ਤੁਸੀਂ ਮੰਨਦੇ ਹੋਣਾ ਕਿ ਉਹ ਮੁੰਡੇ ਕੁੜੀਆਂ ਸੇਫ ਸੀਗੇ ਜਿੰਨੇ ਜਿੰਨੇ ਗਵਰਨਮੈਂਟ ਨੇ ਮੰਗੇ ਹੋਏ ਸੀਗੇ ਹੁਣ ਜਦ ਘਟ ਹੀ ਗਈਆਂ ਅੱਗੇ ਜਾ ਕੇ ਨਹੀਂ ਟਾਈਪਿੰਗ ਲਈ ਮਤਲਬ ਬੱਚੇ ਮਿਲ ਥੋੜਾ ਸੈਕਿੰਡ ਜੋ ਰਿਜ਼ਲਟ ਆਇਆ ਟਾਈਪੀ ਦਾ ਤੁਹਾਨੂੰ ਪਤਾ ਕਿੰਨਾ ਮਾੜਾ ਰਿਜ਼ਲਟ ਆ ਕਿੰਨੇ ਘੱਟ ਵਿੱਚ ਪਾਸ ਹੋ ਐਬਸੈਂਟ ਦੇਖੋ ਕਿੰਨੇ ਰਹੇ ਹਨ ਤੇ 917 ਸਮਥਿੰਗ ਪਤਾ ਨਹੀਂ ਐਬਸੈਂਟ ਰਹੇ 568 ਪਲੱਸ ਸ਼ਹਿਰ ਨੇੜੇ ਤੜੇ ਜਦ ਪਾਸ ਹੋਏ ਨੇ ਸਿਰਫ ਸਿੰਪਲ ਦੇ ਆਈਟੀ ਔਰ ਅਕਾਊਂਟ ਦਾ ਤਾਂ ਹੋਰ ਹੈਗਾ ਕੁਝ ਸਾਹਿਬ ਉੱਥੇ ਵੀ ਕੱਟੇ ਹੋਏ ਨੇ ਬਾ 13 ਕਿਸੇ ਕਿਸੇ ਸ਼ਾਇਦ ਪਤਾ ਨਹੀਂ ਆਈਟੀ 12 ਪਾਸ ਹੋਏ ਪਤਾ ਨਹੀਂ ਇੱਕ ਸ਼ਾਇਦ ਕਿਸੇ ਹੋਰ ਕੈਟਾਗਰੀ ਦਾ ਬਾਕੀ ਜਗਾ ਵੀ ਅਕਾਊਂਟਸ ਵੀ ਕੁਝ ਦੇਖੋ ਫੈਕਟਸ ਜੋ ਵੀ ਨਿਕਲ ਕੇ ਆਏ ਹਨ ਅਲੱਗ ਅਲੱਗ ਗਰੁੱਪਸ ਸਭ ਨੇ ਦੇਖਿਆ ਹੀ ਸੋ ਹਲੇ ਸੈਕੰਡ ਲਿਸਟ ਆ ਜਾਣ ਦੋ ਫਰਸਟ ਆ ਗਈ ਸੈਕੰਡ ਆ ਜਾਣ ਦੋ ਤੇ ਜੋ ਥੋੜੇ ਪਿੱਛੇ ਪਿੱਛੇ ਚੱਲ ਰਹੇ ਨੇ ਟੈਪ ਟੈਸ ਜਿੰਨਨ ਹੋਣੇ ਪਾਸ ਕੀਤਾ ਡੀ ਵੀ ਹੋ ਜਾਣ ਦੋ ਡਿਪਾਰਟਮੈਂਟ ਸਿਲੈਕਟ ਕਰ ਲੈਣ ਦੋ ਹਲੇ ਲਿਸਟ ਵੀ ਆ ਜਾਣ ਦੋ ਸਭ ਕੁਝ ਦੇਖ ਲਓ ਤੇ ਚੈਨਲ ਦੇਖੋ ਸਮਝੋ ਸੋਚੋ ਵਿਚਾਰੋ ਤੇ ਕੋਈ ਅਗਰ ਤੁਹਾਨੂੰ ਇਸ ਤਰ੍ਹਾਂ ਕਹਿਣ ਦੀ ਕੋਸ਼ਿਸ਼ ਕਰਦਾ ਜਿਵੇਂ ਕਿ ਕਮੈਂਟਸ 'ਚ ਸ਼ਿਕਾਇਤ ਆਂਦੀ ਕਿ ਉਸਨੇ ਮੈਨੂੰ ਇਹ ਕਿਹਾ ਇਸਨੇ ਇਹ ਕਿਹਾ ਉਹਨਾਂ ਚੀਜ਼ਾਂ ਵੱਲ ਧਿਆਨ ਨਾ ਦਿਓ ਕਿਉਂਕਿ ਜੋ ਕੁਝ ਹੋਣਾ ਤੁਹਾਡੇ ਸਾਹਮਣੇ ਹੋਣਾ ਇੱਕ ਤਾਂ ਜੋ ਬੋਰਡ ਲਿਸਟ ਕੱਟ ਰਿਹਾ ਉਹ ਬਿਲਕੁਲ ਤੁਹਾਡੇ ਸਾਹਮਣੇ ਹੈ ਠੀਕ ਹੈ ਜੋ ਪ੍ਰਤੱਖ ਰੂਪ 'ਚ ਸੱਚ ਦਿਖਾਈ ਦੇ ਰਿਹਾ ਦੂਸਰਾ ਅਸਲੀ ਟੈਲੀਗ੍ਰਾਮ ਆਫੀਸ਼ੀਅਲ ਜਿਹੜਾ ਗਰੁੱਪ ਹੈ ਉਹਦਾ ਲਿੰਕ ਕਿੰਨੀ ਵਾਰ ਸ਼ੇਅਰ ਕਰ ਚੁੱਕੇ ਹਾਂ ਕਈਆਂ ਨੇ ਮੰਗਿਆ ਵੀ ਸੀ ਅਸੀਂ ਦੇ ਵੀ ਚੁੱਕੇ ਹਾਂ ਤੇ ਉੱਥੇ ਕਾਫੀ ਬੱਚੇ ਐਡ ਨੇ ਉੱਥੇ ਜੋ ਐਡਮਿਨਸ ਉਹਨਾਂ ਦੇ ਸੁਣ ਲਓ ਠੀਕ ਹੈ ਬਾਕੀ ਨਰਵਸ ਨਾ ਹੋ ਮੇਰਾ ਇਹ ਬਣੇਗਾ ਮੇਰਾ ਨਹੀਂ ਬਣੇਗਾ ਕੀ ਹੋਏਗਾ ਕੀ ਨਹੀਂ ਦੇਖੋ ਜਿਸ ਦੀ ਜ਼ਿੰਦਗੀ ਚ ਸਰਕਾਰੀ ਨੌਕਰੀ ਲਿਖੀ ਹੈ ਨਾ ਇੱਕ ਹੁੰਦਾ ਮਿਹਨਤ ਕਰਕੇ ਹਾਸਲ ਕਰਨਾ ਇੱਕ ਹੁੰਦਾ ਮੁਕੱਦਰ ਵੀ ਹੁੰਦਾ ਕਈ ਵੀ ਚੀਜ਼ਾਂ ਮੰਨਣੀਆਂ ਪੈਂਦੀਆਂ ਠੀਕ ਹੈ ਅਸੀਂ ਇਸ ਉਮਰ ਤੱਕ ਆਂਦੇ 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 ਕਾਫੀ ਕੁਝ ਐਕਸਪੀਰੀਅੰਸ ਕੀਤਾ ਲਾਈਫ ਚ ਉਸ ਬਿਹਾਵ ਦਾ ਕਰ ਰਹੇ ਹਾਂ ਸੋ ਜਿੱਦਾਂ ਦਾ ਨਾ ਮਾਣਾ ਉਸਦਾ ਆ ਹੀ ਜਾਣਾ ਠੀਕ ਹੈ ਉਹ ਰੱਬ ਜੀ ਨੇ ਵਾਇਗੁਰ ਜੀ ਨੇ ਆਪਣੇ ਸਰਕਮਸਟੈਂਸਸ ਬਣਾ ਦੇਣੇ ਆ ਠੀਕ ਹੈ ਤੇ ਕੋਈ ਕਨਫਲਿਕਟ ਨਹੀਂ ਹੋਏਗਾ ਕਿਸੇ ਨਾਲ ਵੀ ਤੇ ਉਹਦਾ ਨਾਮ ਆ ਹੀ ਜਾਣਾ ਠੀਕ ਹੈ ਤੇ ਚੀਜ਼ ਤੇ ਨਹੀਂ ਹੈ ਜਿਸ ਦਾ ਨਾਮ ਨਹੀਂ ਆਣਾ ਉਹਦੀ ਫਿਰ ਬ੍ਰੇਕ ਲੱਗੇ ਜਾਣੀ ਹੈ ਠੀਕ ਹੈ ਇਹ ਫੈਕਟ ਹੈ ਮੇਨ ਗੱਲ ਅਸਲੀ ਤੱਤ ਸੋ ਸ਼ਾਂਤ ਰਹੋ ਬਿਲਕੁਲ ਕਾਮ ਸਿਚੁਏਸ਼ਨ ਚ ਠੰਡੇ ਰਹੋ ਜਿਹਨਾਂ ਦਾ ਨਾਮ ਆ ਗਿਆ ਉਹਨਾਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮਾਈਂਡ ਥਲੇ ਪ੍ਰਸ਼ਨ ਰੱਖੋ ਜੁਆਇਨਿੰਗ ਤੱਕ ਹਲੇ ਟਾਈਮ ਲੱਗੇਗਾ ਅਗਰ ਸਿੰਪਲ ਜੁਆਇਨਿੰਗ ਹੋਈ ਤਾਂ ਘਰ ਤੱਕ ਲੈਟਰ ਆਣਗੇ ਅਗਰ ਕੋਈ ਫੰਕਸ਼ਨ ਰੱਖਣਾ ਹੈ ਤਾਂ ਸੀਐਮ ਸਾਹਿਬ ਆਣਗੇ ਜਾਂ ਮਿਨਿਸਟਰ ਸਾਹਿਬ ਜਾਂ ਅਫਸਰ ਵਗੈਰਾ ਜੋ ਅਪੁਆਇੰਟਮੈਂਟ ਲੈਟਰ ਮੌਕੇ ਤੇ ਹੋਣਗੇ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਆਪਣੇ ਚੈਨਲ ਦੇ ਪਲੇਲਿਸਟ ਵਿੱਚ ਮੀਡੀਆ ਕਵਰੇਜ ਹੈਗੀ ਹੈ ਕਿਸ ਤਰ੍ਹਾਂ ਕੇ ਨੋ ਸਟੇਜ ਤੇ ਅਪੁਆਇੰਟਮੈਂਟ ਲੈਟਰ ਮਿਲਦੇ ਹਨ ਤੁਸੀਂ ਦੇਖ ਸਕਦੇ ਹੋ ਠੀਕ ਹੈ ਸਭ ਕਲੀਅਰ ਹੋ ਜਾਏਗਾ ਤੁਹਾਨੂੰ ਪਤਾ ਲੱਗ ਜਾਏਗਾ ਟ੍ਰੇਨਿੰਗ ਜ਼ਰੂਰ ਲੱਗੇਗੀ ਔਰ ਸਬੋਡੀਨੇਟਸ ਔਰ ਸੀਨੀਅਰ ਤੁਹਾਨੂੰ ਜ਼ਰੂਰ ਸਮਝਾਣਗੇ ਫਿਰ ਉਸ ਤੋਂ ਬਾਅਦ ਜੋ ਥੋੜੇ ਪਿਛੇ ਪਿਛੇ ਟਾਈਪਲੈਸਟ ਵਾਲੇ ਪਾਸ ਹੋਏ ਨੇ ਉਹਨਾਂ ਦਾ ਕੀ ਬਣਦਾ ਸੋ ਆਲੇ ਦੋਲ ਦੇ ਫੁਫਾ ਫੇਸਬੁੱਕ অর YouTube ਤੇ ਫੇਕ ਕਮੈਂਟਸ ਬਹਿਸ ਬਾਜੀ ਤੋਂ ਬਚੋ ਤੇ ਇੱਕ ਬੋਰਡ ਦੀ ਸਾਈਟ ਤੇ ਜੋ ਆ ਰਿਹਾ ਉਹ ਦੇਖੋ ਸੱਚ ਹੈ ਤੇ ਜੋ ਇੱਕ ਟੈਲੀਗ੍ਰਾਮ ਅਫੀਸ਼ਲ ਪੀਟਪਲਸਵੀ ਕਲਰਕ ਦੁਆਰੇ ਕੀ ਦਾ ਉਹ ਚ ਜੋ ਵੀਰ ਹੈਗੇ ਨੇ ਜੋ ਦੱਸਦੇ ਨੇ ਇਹ ਕੋ ਸੱਚ ਹੈ ਬਸ ਗੱਲ ਖਤਮ ਹੈ ਠੀਕ ਹੈ ਬੈਸਟ ਆਫ ਲੱਕ ਸਾਰਿਆਂ ਨੂੰ ਤੇ ਵੀਡੀਓ ਖਤਮ ਹੋਣ ਤੋਂ ਬਾਅਦ ਇਮੀਡੀਏਟ ਟੈਲੀਗ੍ਰਾਮ ਆਈਡੀ SR_ 4425 ਤੇ ਮੈਸੇਜ ਕਰ ਸਕਦੇ ਹੋ ਤੇ ਵੀਡੀਓ ਖਤਮ ਹੋਣ ਤੋਂ ਬਾਅਦ ਇਸ ਚੈਨਲ ਦੀ ਪਲੇਲਿਸਟ ਜਾ ਕੇ ਮੀਡੀਆ ਕਵਰ ਚ ਜਾ ਕੇ ਦੇਖ ਲੋ ਕਿ ਜੁਆਇਨਿੰਗ ਅਪਾਰਟਮੈਂਟ ਲੈਟਰ ਸਕੀਮੇ ਮਿਲਦੇ ਨੇ ਸਟੇਜ ਤੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਮਿਲਦੇ ਹਾਂ ਜਲਦੀ ਕਿਸੇ ਨੈਕਸਟ ਵੀਡੀਓ ਚ ਟਿਲ ਦੈਨਲੀ ਰੱਬ ਰੱਖਟ ਵਲ ਹਾਸੇ ਰੋ ਵਾਸੇ ਰੋ ਆਪਣੇ ਤੇ ਮਾਪਿਆਂ ਦੇ ਸੁਪਨੇ ਨੂੰ ਜਰੂਰ ਪੂਰਾ ਕਰੋ ਚੰਗੇ ਇਨਸਾਨ ਬਣੋ ਠੀਕ ਹੈ ਹੁਣ ਤੱਕ ਜੋ ਕੋਈ ਗਲਤੀਆਂ ਹੋ ਗਈਆਂ ਤਾਂ ਭੁੱਲ ਜਾਓ ਠੀਕ ਹੈ ਪ੍ਰਸਿੱਧ ਕਰੋ ਅੱਗੇ ਵਧੋ ਤੇ ਜ਼ਿੰਦਗੀ 'ਚ ਨਾਮ ਰੋਸ਼ਨ ਕਰੋ ਧੰਨਵਾਦ ਸਾਰਿਆਂ ਦਾ